ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀ ਵੀ 24। ਮੈਂ ਤੁਹਾਡਾ ਆਪਣਾ ਕੁਲਵੀਰ ਕਾਈਨੌਰ। ਦਰਸ਼ਕੋ, ਇਹ ਚੈਨਲ 'ਤੇ ਤੁਸੀਂ ਜਿਹੜੇ ਨਵੇਂ ਨਵੇਂ ਵੀਡੀਓਜ਼ ਦੇਖ ਸਕਦੇ ਹੋ ਕੁਸ਼ਤੀ ਦੀਆਂ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹਾਂ ਤਾਂ ਉਸ ਟਾਈਮ ਇੱਕ ਘੰਟੀ ਦਾ ਬਟਨ ਆਉਂਦਾ ਹੈ, ਅਤੇ ਘੰਟੀ ਦੇ ਬਟਨ 'ਤੇ ਜ਼ਰੂਰ ਕਲਿੱਕ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਵੀਡੀਓਜ਼ ਹੈ ਉਹ ਤੁਹਾਨੂੰ ਜਲਦੀ ਮਿਲ ਸਕਣ, ਅਤੇ ਕੋਈ ਵੀ ਜਿਹੜਾ ਪ੍ਰੋਗਰਾਮ ਸਾਡਾ ਲਾਈਵ ਚੱਲਦਾ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਦਰਸ਼ਕੋ, ਜਿਹੜੀ ਅੱਜ ਕੁਸ਼ਤੀ ਮੈਂ ਤੁਹਾਡੇ ਲੈ ਕੇ ਆਇਆ ਉਹ ਹੈਗੀ ਹੈ ਪ੍ਰਿਤਪਾਲ ਪਹਿਲਵਾਨ ਫਗਵਾੜਾ, ਕਹਿ ਲਓ ਵੀ ਰਾਈਜ਼ਿੰਗ ਸਟਾਰ ਪਹਿਲਵਾਨ ਹੈ। ਅਤੇ ਉਹਦੇ ਨਾਲ ਜਿਹੜਾ ਮੱਲ ਕੋਲ ਰਿਹਾ ਇਹ ਹੈ ਰਵੀ ਪਹਿਲਵਾਨ ਦਿੱਲੀ। ਇਹ ਜਿਹੜੀ ਕੁਸ਼ਤੀ ਹੋਈ ਹੈ ਇਹ ਕੁਸ਼ਤੀ ਹੋਈ ਹੈ 23 ਨਵੰਬਰ 2018 ਨੂੰ ਪਿੰਡ ਸੋਹਾਣੇ ਵਿਖੇ, ਜਿਹੜਾ ਕਿ ਹਰ ਸਾਲ ਦੰਗਲ ਹੁੰਦਾ ਹੈ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਹੁੰਦਾ ਹੈ। ਅਤੇ ਗੁਰਦੁਆਰਾ ਪ੍ਰਬੰਧਕ ਟੀਮ ਜਿਹੜੇ ਦੰਗਲ ਕਰਵਾਉਂਦੀ ਹੈ, ਧੰਨ ਧੰਨ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਸੋਹਾਣੇ ਦੇ ਵਿੱਚ, ਉਸ ਕਮੇਟੀ ਵੱਲੋਂ ਹਰ ਸਾਲ ਦੰਗਲ ਕਰਵਾਇਆ ਜਾਂਦਾ ਹੈ। ਆਓ ਫਿਰ ਆਨੰਦ ਲਓ ਇਸ ਕੁਸ਼ਤੀ ਦਾ, ਵੇਖੋ ਅਤੇ ਲਾਈਕ ਜ਼ਰੂਰ ਕਰੋ ਇਸ ਵੀਡੀਓ ਨੂੰ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਦੋਨੇ ਕਮੈਂਟੇਟਰਾਂ ਦਾ ਉਹਨਾਂ ਤੋਂ ਖੁਸ਼ ਹੋ ਕੇ 100-100 ਰੁਪਏ ਦੇ ਵੱਡੇ ਮਾਣ ਕੀਤੇ ਜੋ ਨੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ। ਚੌਧਰੀ ਰਾਜਾ ਸਿੰਘ ਜੀ ਢੋਲੀ ਢੋਲੀ ਬਾਈ ਢੋਲੀ ਆ ਜਿਹੜੀ ਕੁਸ਼ਤੀ ਸ਼ੁਰੂ ਹੋਈ ਹੈ ਨੀਲੇ ਰੰਗ ਦੇ ਨਗੋਟੇ ਦੇ ਵਿੱਚ, ਪ੍ਰਿਤਪਾਲ ਹੈ ਫਗਵਾੜੇ ਵਾਲਾ ਤੇ ਦੂਜੇ ਪਾਸੇ ਰਵੀ ਦਿੱਲੀ। ਇਹ ਛੋਟੀ ਮਾਲੀ ਦੀ ਕੁਸ਼ਤੀ ਹੈ, ਇੱਕ ਵਾਰ ਤਾੜੀਆਂ ਲਾ ਦਿਓ। ਇਹ ਛੋਟੀ ਮਾਲੀ ਦੀ ਕੁਸ਼ਤੀ ਹੈ ਮੈਦਾਨ ਦੇ ਵਿੱਚ ਜਿਹੜੀ ਸ਼ੁਰੂ ਹੋਈ ਹੈ। ਸਮਝੀ? ਹਾਂਜੀ, ਫਿਰ ਰਾਜੇ ਸਾਹਿਬ ਕਰ ਫਿਰ ਅਗਲੀ ਗੱਲ। ਲਾ ਜੀ, ਸਾਡੇ ਬਿੰਦਾ ਤਨਾਸ ਜੋ ਕਿ ਅੱਗੇ ਖੇਡ ਪ੍ਰੇਮੀ ਨੇ, ਉਗੇ ਦਾਨੀ ਨੇ, ਉਹਨਾਂ ਵੱਲੋਂ ਇਸ ਝੰਡੀ ਤੇ 1100 ਰੁਪਏ ਨਾਮ ਲਾਇਆ ਜਾ ਰਿਹਾ। ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਬਿੰਦਾ ਜੀ, 1100 ਰੁਪਏ ਜੇ ਤੂੰ ਲਈ ਤੇ 1100 ਰੁਪਇਆ ਸੋਨੂ ਇਬਰਾਹਿਮ ਪਰ, ਅਮੈਰੀਕਾ ਵਾਲਾ ਸੋਨੂ ਵੱਲੋਂ ਵੀ 1100 ਰੁਪਇਆ ਲੱਗ ਗਿਆ। ਜਿੱਤੂਗਾ, ਨੋਟ ਕਰ ਲਿਓ, 500 ਰੁਪਇਆ ਮਾਨ ਸਿੰਘ ਜੀ ਸੋਹਾਣਾ ਵੱਲੋਂ ਰੁਪਇਆ ਹੋ ਗਿਆ 2700 ਜੇ ਤੂੰ ਲਈ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ 1000 ਰੁਪਇਆ ਕਾਲਾ ਕਜਹੇੜੀ ਕਰੋ ਭਾਜੀ, 1000 ਕਰਦਾ ਮੈਂ, ਮੈਨੂੰ ਮਾਣ ਹੈ ਨਾ ਵੀਰਾਂ ਤੇ, ਆਪਣੇ ਆਪ ਹੀ ਬੋਲਦੀ ਹੈ ਕਾਲਾ ਕਜਹੇੜੀ। ਵਾਈਸ ਚੇਅਰਮੈਨ ਮਾਰਕੀਟ ਕਮੇਟੀ 26, 1000 ਉਹਦੇ ਵੱਲੋਂ ਹੈ ਜੇ ਤੂੰ ਲਈ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ 3700 ਰੁਪਇਆ ਹੋ ਗਿਆ। ਬਾਈ ਧਿਆਨ ਦਿਓ, ਦਰਸ਼ਕ ਧਿਆਨ ਦਿਓ, ਕਈ ਦਰਸ਼ਕਾਂ ਨੂੰ ਹਜੇ ਤੱਕ ਨਹੀਂ ਮੱਲਾਂ ਦਾ ਪਤਾ ਲੱਗਿਆ। ਜਿਹੜਾ ਲਾਲ ਰੰਗ ਦੇ ਅੰਗੂਠੇ ਦੇ ਵਿੱਚ ਮੱਲ ਹੈ ਰਵੀ ਹੈ ਦਿੱਲੀ ਦਾ, ਤੇ ਦੂਜੇ ਪਾਸੇ ਪ੍ਰਿਤਪਾਲ ਪਹਿਲਵਾਨ ਫਗਵਾੜਾ, ਇਹ ਨੋਟ ਕਰੋ। ਤੇ ਉੱਪਰੋਂ ਜਿਹੜੇ ਪਾਸੇ ਲੱਗ ਗਿਆ 3700 ਰੁਪਇਆ, 3700 ਰੁਪਇਆ ਲੱਗ ਗਿਆ ਜਿਹੜਾ ਮੱਲ ਜਿੱਤੂਗਾ, ਇਹ ਨੋਟ ਕਰਦੇ ਆਇਓ। ਬਈ ਵਿਸ਼ੂ ਤੇ ਗਗਨ ਕੁਹਾੜੀ ਤਿਆਰ ਹੋ ਕੇ ਵਿੱਚ ਆਜੋ, ਦਿਸ਼ਾ ਤਿਆਰ ਹੈ, ਨਜ਼ਰ ਬੋਲੀ ਮਾੜਾ ਆ, ਬੋਲੇ ਬੋਲੀ ਜੀ, ਹਾਂ ਬੋਲ ਦਿਓ, ਆ ਬੋਲ ਦਿਓ। ਛੋਟਾ ਸਦਾਮ ਹੁਸ਼ਿਆਰਪੁਰ ਤੇ ਲੱਡੂ ਪਟਿਆਲਾ ਵਿੱਚ ਆਜੋ, ਇਹ ਤਿਆਰ ਹੋ ਜਾਓ ਜਲਦੀ ਨਾਲ ਆਓ ਵਿੱਚ। ਧਰਮਿੰਦਰ ਵਾਲੀ ਤੋਂ ਬਾਅਦ ਕਰਾਈਏ, ਇਹ ਤੇ ਇਹਦੇ ਬਾਅਦ ਚੋਂ ਹੈ, ਧਰਮਿੰਦਰ ਵਾਲੀ ਤੋਂ ਬਾਅਦ ਚੋਂ ਹੈ। ਆ ਨੌਜਵਾਨ ਕਹਿੰਦੇ ਸੀਨੀਅਰ ਨੈਸ਼ਨਲ ਦਾ ਗੋਲਡ ਮੈਡਲਿਸਟ ਹੈ, ਸੀਨੀਅਰ ਨੈਸ਼ਨਲ ਜਿੱਤਣੀ ਬੜੀ ਔਖੀ ਹੈ, ਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਿਹੜੀ ਇਸ ਨੌਜਵਾਨ ਦੀ ਸਿਲੈਕਸ਼ਨ ਹੋ ਗਈ ਹੈ। ਲਓ ਜੀ, ਸਾਡੇ ਨਰਿੰਦਰਪਾਲ ਸਿੰਘ ਜੀ ਔਲਖ, ਸਾਡੇ DGP ਸਾਹਿਬ, ਉਹ ਵੀ ਇਹਨਾਂ ਪਹਿਲਵਾਨ ਨੂੰ ਆਸ਼ੀਰਵਾਦ ਦੇਣ ਲਈ ਅਖਾੜੇ ਪਾਸੇ ਵਿੱਚ ਪਹੁੰਚਣ ਵਾਲੇ ਨੇ। ਲਓ ਜੀ, ਅੰਕਿਤ ਨਰਾਇਣਗੜ ਹੱਥ ਜੋੜੀ ਕਰੋ ਵੀ, ਗਗਨ ਪਹਿਲਵਾਨ ਸੋਹਾਣਾ, ਅੰਕਿਤ ਨਰਾਇਣਗੜ ਤੇ ਗਗਨ ਪਹਿਲਵਾਨ ਸੋਹਾਣਾ ਜੋ ਕਿ ਤਿੱਤਰ ਪਹਿਲਵਾਨ ਦਾ ਸੁਪੁੱਤਰ ਹੈ। ਬਹੁਤ ਹੀ ਸਤਿਕਾਰਯੋਗ ਨਰਿੰਦਰਪਾਲ ਸਿੰਘ ਜੀ ਔਲਖ, DGP ਪੰਜਾਬ ਪੁਲਿਸ, ਸਾਡੇ ਵਿਚਕਾਰ ਉਚੇਚੇ ਤੌਰ ਤੇ ਪੁੱਜ ਰਹੇ ਨੇ। ਥੋੜੇ ਸਮੇਂ ਦੇ ਵਿੱਚ ਅਸੀਂ ਉਹਨਾਂ ਦਾ ਵੀ ਭਰਵਾਂ ਸਵਾਗਤ ਕਰਾਂਗੇ, ਉਹਨਾਂ ਨੂੰ ਵੀ ਨਗੀਜਿਆਂ ਨੂੰ ਆਖਾਂਗੇ ਬਈ ਅਗਲੀ ਕੁਸ਼ਤੀ ਦੇ ਮੱਲ ਜਲਦੀ ਆਓ, ਛੋਟਾ ਸਲਾਮ ਤੇ ਲੱਡੂ, ਇਹ ਜਲਦੀ ਆ ਜਾਓ। ਚੱਲਦੀ ਫਿਰ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ, ਆ ਵੇਖਦੇ ਆ ਇੱਕ ਪਾਸੇ ਰਵੀ ਹੈ, ਆ ਕਹਿੰਦੇ ਦਿੱਲੀ ਵਾਲਾ ਰਵੀ ਲਾਲ ਰੰਗ ਦੇ ਨਗੋਟੇ ਚ, ਪਰ ਦੂਜੇ ਪਾਸੇ ਜਿਹੜਾ ਮੱਲ ਹੈ ਇਹ ਪ੍ਰਿਤਪਾਲ ਹੈ, ਕਹਿੰਦੇ ਹਾਲੇ ਹਾਲੇ ਹੀ
ਇੱਕ ਨੰਬਰ ਜੋੜ ਦੇ ਵਿੱਚ ਜਿਹੜਾ ਨੌਜਵਾਨ ਵੜਿਆ ਇੱਕ ਨੰਬਰ ਦੋ ਨੰਬਰ ਦੇ ਮੱਲਾਂ ਨਾਲ ਕੁਸ਼ਤੀਆਂ ਹੋਣਗੀਆਂ ਇੱਕ ਨੰਬਰ ਨਹੀਂ ਕਹਿ ਸਕਦੇ ਦੋ ਨੰਬਰ ਦੀ ਕਹਿ ਲਓ ਪੱਕੀ ਜੋੜ ਦੇ ਵਿੱਚ ਕੁਸ਼ਤੀ ਤਾਂ ਹੋਲੀ ਹੈ ਹਾਂ ਚਾਰੇ ਖਾਨੇ ਚਿੱਤ ਪੱਬੀ ਮਾਰ ਕੇ ਚਿੱਤ ਹੋ ਗਿਆ ਨੌਜਵਾਨ।